ਦੇਖੋ ਇਹ ਜਿੱਤ ਹੈ ਜਿਹੜੀ ਜਲੰਧਰ ਵਾਸੀਆਂ ਦੀ ਜਿੱਤ ਹੈ, ਜਲੰਧਰ ਵਾਸੀਆਂ ਦਾ ਪਿਆਰ ਹੈ ਜਿਹੜਾ ਉਹਨਾਂ ਨੇ ਸਰਦਾਰ ਚਰਨਜੀਤ ਸਿੰਘ ਚੰਨੀ ਪ੍ਰਤੀ ਦਿੱਤਾ। ਜਿਹੜੀ ਆਵਾਜ਼ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਦਿੱਤੀ ਸੀ ਵੀ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਦੁਆਬੇ ਤੋਂ ਲੜਾਓ, ਉਸ ਆਵਾਜ਼ ਨੂੰ ਬਰਕਰਾਰ ਕਰਕੇ ਵੋਟਾਂ ਦੇ ਵਿੱਚ ਕਨਵਰਟ ਕੀਤਾ, ਤਾਂ ਅੱਜ ਅਸੀਂ ਐਡੀ ਵੱਡੀ ਜਿੱਤ ਨਾਲ ਜਿੱਤ ਪਾਏ। ਕੌਣ ਕੌਣ ਸੇ ਕਿਸਦੇ ਪੇਲੇ ਰਹੇਗੇ ਕੰਮ ਕੇ ਲਈ? ਦੇਖੋ ਜਿਹੜਾ ਸਾਡਾ ਮੈਨੀਫੈਸਟੋ ਹੈ ਅਸੀਂ ਕੱਢਿਆ ਸੀ ਕੈਂਪੇਨ ਦੇ ਵਿੱਚ, ਉਹ ਮੁੱਦਿਆਂ 'ਤੇ ਅਸੀਂ ਕੰਮ ਕਰਾਂਗੇ ਅਤੇ ਜਿੰਨੇ ਵੀ ਮੁੱਦੇ ਅਸੀਂ ਰੱਖੇ ਆ ਲੋਕਾਂ ਦੇ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਮਸਲਿਆਂ ਨੂੰ ਹੱਲ ਕਰਨ ਦੀ ਪਰਿਵਾਰ ਭਵਿੱਖ ਵਿੱਚ ਐਕਟਿਵ ਹੋਊਗਾ, ਬਾਕੀ ਵਿਧਾਨ ਸਭਾ ਸੀਟ ਵਾਸਤੇ ਤੁਹਾਡਾ ਅੱਗੇ ਇੰਟਰਸਟ ਬਣਦਾ? ਦੇਖੋ ਹਜੇ ਕੋਈ ਇੰਟਰਸਟ ਨਹੀਂ ਹੈ, ਹਜੇ ਤਾਂ ਸਰਦਾਰ ਚਰਨਜੀਤ ਸਿੰਘ, ਅਸੀਂ ਜਿੰਨੇ ਵੀ ਲੋਕ ਹੈ ਪਰਿਵਾਰ ਦੇ ਇਹ ਸਰਦਾਰ ਚਰਨਜੀਤ ਸਿੰਘ ਚੰਨੀ ਲਈ ਹੀ ਕੰਮ ਕਰ ਰਹੇ ਸੀਗੇ, ਕੋਈ ਆਪਣੇ ਪਰਸਨਲ ਇੰਟਰਸਟ ਲਈ ਨਹੀਂ ਕੰਮ ਕਰ ਰਿਹਾ ਸੀ, ਸਾਰੇ ਉਹਨਾਂ ਦੇ ਲਈ ਕੰਮ ਕਰ ਰਹੇ ਸੀਗੇ ਵੀ ਉਹ ਜਿੱਤਾਂ ਲੋਕਾਂ ਦੀ ਆਵਾਜ਼ ਅਸੀਂ ਵੋਟਾਂ 'ਚ ਕਨਵਰਟ ਕਰ ਸਕੀਏ, ਬਸ ਇਸ ਲਈ ਕੰਮ ਚੱਲ ਰਿਹਾ। ਕਿਆ ਲੱਗ ਰਿਹਾ ਥਾ ਆਪਕੋ ਕਿ ਜੈਸੇ ਸਟਾਰਟਿੰਗ ਸੇ ਰੁਝਾਨ ਆਨੇ ਸ਼ੁਰੂ ਹੋਏ ਤੋ ਉਸ ਸਮੇਂ ਚੰਨੀ ਤੋਂ ਚਰਨਜੀਤ ਸਿੰਘ ਚੰਨੀ ਆਗੇ ਜ਼ਰੂਰ ਚਲੇ, ਲੇਕਿਨ ਕਈ ਨਾ ਕਈ ਜੋ ਸੁਸ਼ੀਲ ਰਿੰਕੂ ਹੈ ਭਾਜਪਾ ਕੇ ਉਹ ਵੀ ਜੋ ਸਾਫ ਵੀ ਚਲਤੇ ਨਜ਼ਰ ਆਏ, ਉਸਕੇ ਬਾਅਦ ਬੇਸ਼ੱਕ ਇੱਕ ਲੀਡ ਬੜੀ ਮਿਲਣੀ ਸ਼ੁਰੂ ਹੋ ਗਈ। ਸਟਾਰਟਿੰਗ ਦੇ ਵਿੱਚ ਥੋੜ੍ਹੀ ਘੱਟ ਲੀਡ ਰਹੀ ਜਦੋਂ ਪੋਸਟਲ ਵਗੈਰਾ ਖੁੱਲ੍ਹੇ, ਬਟ ਉਸ ਤੋਂ ਬਾਅਦ ਤਾਂ ਲੀਡ ਮੈਂਟੇਨ ਹੁੰਦੀ ਗਈ ਹੁੰਦੀ ਗਈ ਹੁੰਦੀ ਗਈ ਅਤੇ ਅੱਜ ਐਡੀ ਬੜੀ ਲੀਡ ਆਈ ਹੈ। ਮੈਨੂੰ ਲੱਗਦਾ ਪੰਜਾਬ ਦੇ ਵਿੱਚ ਸਭ ਤੋਂ ਬੜੀ ਮੈਂਡੇਟ ਦੇ ਨਾਲ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਦਿੱਤਾ, ਅਤੇ ਇਹ ਜਲੰਧਰ ਵਾਸੀਆਂ ਦੀ ਹੀ ਮੈਂ ਜਿੱਤ ਮੰਨੂੰਗਾ ਵੀ ਉਹਨਾਂ ਨੇ ਇੱਕ ਤਰਫਾ ਹੋ ਕੇ ਵੋਟਾਂ ਪਾਈਆਂ, ਸਾਰੇ ਕੈਂਡੀਡੇਟ ਨੂੰ ਨਕਾਰਦੇ ਹੋਏ ਕੈਂਡੀਡੇਟ ਨੂੰ ਅਤੇ ਪਾਰਟੀ ਨੂੰ ਅੱਗੇ ਰੱਖ ਕੇ ਵੋਟਾਂ ਪਾਈਆਂ। ਕਿਆ ਲੱਗ ਰਿਹਾ ਕਿ ਅਗਰ ਜਾਏਂਗੇ ਉਹ ਲੋਕ ਸਭਾ ਮੇਂ
पंजाब के मुद्दों को लेकर क्या कुछ कर पाएंगे, क्या लग रहा है? क्योंकि 111 दिन मुख्यमंत्री रहे थे, तब उन्होंने लोगों ने कहा कि बहुत सा काम किया, इस बार लग रहा है कि वो और भी अच्छे काम करेंगे? देखो सानू ज्यादा लोग मैंडेट देने हैं ते मैं असी उस मैंडेट नूं उन्हां नूं पूरा करन लई असी अपना फुल वर्क करते हैं ताकि लोग साढ़े तो सैटिस्फाई हो सके। एक जत्थेदार ने अपील भी की है कि आज तक 4 तारीख को कोई भी अगर जीतता है तो वो कोई भी ऐसा जश्न ना मनाए। हाँ जी उन्होंने की है, असी उसते असी पूरी कोशिश कर रहे हैं कि असी इदा ना असी अपने वालों कुछ नहीं कर रहे कि लोगों के विच जे जोश है जो कुछ कर रहे हैं तो असी अपने प्रबंध से जो कुछ नहीं किया। असी उस जथेदार साहब साढ़े प्रमुखी हैं जो उन्हों का अपील है वो असी पूरी करने की कोशिश कर। थैंक यू।